ਮੇਰੇ ਨਾਲ ਗੱਲਬਾਤ ਕਰਨ ਦਾ ਇਸ ਵੇਲੇ ਰੁਮਾਲੂ ਰਾਮ ਜੀ, ਉਹਨਾਂ ਦਾ ਪੂਰਾ ਪਰਿਵਾਰ ਹੈ ਜੰਮੂ 'ਚ, ਅੱਜ ਬੜਾ ਵੈਲਕਮ ਹੋਇਆ ਜਾਂਦਾ। ਔਰ ਮੈਂ ਜ਼ਰੂਰ ਚਾਹਾਂ ਕਿ ਇਹਦੇ ਕੋਲ ਪਹਿਲਾਂ ਖਬਰੀ ਹੋ ਰਹੀ ਵਧਾ ਚੈੱਕ, ਕੰਗ੍ਰੈਚੁਲੇਸ਼ਨ ਜ਼ਰੂਰ ਲਿਖੋ। ਮੈਂ ਉਹਦੀ ਮੁਬਾਰਕਾਂ ਮੰਦਰੇ ਸ਼ਹਿਰ ਕੈਪੀਟਲ ਸਿਟੀ, ਉੱਥੋਂ ਦਾ ਹੋਮ ਸਿਟੀ ਜਿਹੜਾ ਉੱਥੇ ਆਏ ਹੋ, ਤੁਸੀਂ ਪਦਮ ਸ਼੍ਰੀ ਲਈ ਹੈ। ਸ਼ਹਿਰ ਮੰਦਰਿਆਂ ਗਾ ਜੀ ਸਗੀ ਆਖਦੇ ਹੋ, ਜੰਮੂਆ ਸਾੜਾ ਦੇਸ ਡੋਗਰਾ। ਸ਼ਹਿਰ ਮੰਦਰਿਆਂ ਦਾ ਜੇ ਸਗੀ, ਸ਼ਹਿਰ ਮੰਦਰਿਆਂ ਦਾ ਜੇ ਸਗੀ ਆਖਦੇ ਹੋ, ਜੰਮੂਆ ਸਾੜਾ ਦੇਸ ਡੋਗਰਾ। ਓ ਜੰਮੂਆ ਸਾੜਾ ਦੇਸ ਡੋਗਰਾ, ਜੰਮੂਆ ਸਾੜਾ ਦੇਸ ਡੋਗਰਾ, ਜੰਮੂਆ ਸਾੜਾ ਦੇਸ ਡੋਗਰਾ, ਮੂਆ ਜਹੋ ਛਾਵਾਂ ਜੰਮੂਆ ਸਾੜਾ ਦੇਸ ਡੋਗਰਾ। ਰੁੱਖ ਸੈਲੜੇ, ਰੁੱਖ ਸੈਲੜੇ ਤੇ ਠੰਡੀਆਂ ਛਾਵਾਂ ਜੰਮੂਆ ਸਾੜਾ ਡੋਗਰਾ। ਓ ਸੁਰਗੈ ਸਾੜਾ ਦੇਸ ਡੋਗਰਾ, ਸੁਰਗੈ ਸਾੜਾ। ਇਹ ਸੱਚੇ ਗਏ ਪੂਰਾ ਸਾਡਾ ਸਮਸਤ ਭਾਰਤ ਜਿਹੜਾ ਉਹ ਸੁਰਗੈ ਕੋਲਾ ਵੀ ਵੱਧ ਹੈ, ਪਰ ਜਿੱਥੇ ਆਪਣੀ ਜਨ ਭੂਮੀ ਹੈ ਉਸ ਕੀ ਥੋੜਾ ਜਿਹਾ ਵੱਖਰਾ ਪਿਆਰ ਹੁੰਦਾ। ਕੀ ਮਨ ਕਰਾ ਤੋ ਬੋਲਦੇ ਰਹੋ, ਮੈਂ ਕੁਛ ਪੁੱਛਾਂ ਨਹੀਂ ਤੁਹਾਨੂੰ। ਇੱਕ ਟੀਲ ਮਾਰੀ ਹੈ, ਇਹ ਮਾਤਾ ਪਿਤਾ ਮਨਾ ਕਰਦੇ ਨੇ ਤੇ ਤੁਸੀਂ ਉੱਥੇ ਹੀ ਮਾਰੀ। ਇਹ ਗੱਲ ਇਹ ਹੈ ਨਾ, ਮੇਰਾ ਬੜਾ ਮਨ ਕਰਾਦਾ ਪਰ ਕਿਸ਼ ਉਹਦੀ ਜਿਹੜੀ ਜੀ ਜੀ ਉਸ ਵਜ੍ਹਾ ਆਉਂ ਰੁਕਾ ਰਿਹਾ। ਮੈਂ ਜ਼ਰੂਰ ਵੀਰ ਸੀ ਦੱਸਾਂ, ਇਹ ਨੇ ਪਦਮ ਸ਼੍ਰੀ ਮਿਲਿਆ, ਤੁਸੀਂ ਜ਼ਰੂਰ ਮੁਬਾਰਕਾਂ ਦਿਓ। ਹਾਲਾਂਕਿ ਇਹ ਰਾਸ਼ਟਰਪਤੀ ਨੇ ਦਿੱਤਾ ਹੈ। ਇਹ ਇੱਕ ਵੀ ਹੈ, ਇਹ ਤੇ ਇਹਦੇ ਕੋਲ ਵੱਡਾ ਵੀ ਦਿੱਤਾ ਹੋਣਾ ਜਿਹੜਾ ਨਾ। ਇਹ ਸਮਸਤ ਡੁੱਗਾ ਤੁਨੇ ਰਾਂ ਇੱਕ ਗੱਲ ਆਖਮ ਕਿ ਸਮਸਤ ਡੁੱਗਰ ਦਾ ਸਤਿਕਾਰ ਹੈ ਸਾਰੀ ਸਰਕਾਰ ਨੇ ਕੀਤੇ ਦਾ। ਅੱਛਾ, ਕਿੰਨੇ ਦਿਖਦੇ ਹੋ ਯੋਗਦਾਨ ਹੀ, ਔਰ ਖਾਸ ਕਰ ਗ੍ਰੈਂਡ ਵੈਲਕਮ ਹੀ ਤੁਹਾਡਾ ਪਰਿਵਾਰ ਵੀ ਇੱਥੇ। ਮੇਰਾ ਪਰਿਵਾਰ ਤੇ ਪਰਿਵਾਰ ਦੇ ਕੰਨੇ ਕੰਨੇ ਮੇਰੇ ਰਿਸ਼ਤੇਦਾਰ, ਮੇਰੇ ਸੱਜਣ ਮਿੱਤਰ, ਮੇਰੇ ਭਰਾ ਤੇ ਗੁਰੂ ਰਵਿਦਾਸ ਸਭਾ ਦੇ ਸਾਰੇ ਪ੍ਰਧਾਨ ਦੇ ਕੰਨੇ ਕੰਨੇ ਸਾਰੀਆਂ ਟੀਮਾਂ ਆਈ ਹੈ। ਆਉਂ ਇੱਕ ਰੱਬਾ ਤੇਰਾ ਲੱਖ ਲੱਖ ਸ਼ੁਕਰ ਹੈ। ਤੇ ਇੱਕੇ ਗੱਲ ਆਖਗਾ ਕਿ ਮੀਡੀਆ ਕੋਲ ਲਈਏ ਤੇ ਹਰ ਪਰਿਵਾਰ ਤੱਕ ਨਾ ਇਹਨੇਗੀ ਤਰੱਕੀ ਦੇਣੀ, ਖੁਸ਼ੀਆਂ ਦੇਣੀਆਂ, ਤਾਂ ਜੇ ਸਾਰੇ ਜਣੇ ਇਸ ਖੇਤਰ 'ਚ ਆਈਏ ਅੱਗੇ ਵੱਧਦੇ ਰੋਚੇ। ਪਦਮ ਸ਼੍ਰੀ ਮਿਲੀ ਆ, ਪਦਮ ਭੂਸ਼ਣ, ਪਦਮ ਵਿਭੂਸ਼ਣ ਔਰ ਹਾਈਐਸਟ ਅਵਾਰਡ ਹੋਰ ਵੀ ਆਣਾ ਹੈ, ਤਿਆਰੀਆਂ ਹੋ ਰਹੀਆਂ। ਹਾਂ ਬਿਲਕੁਲ ਬਿਲਕੁਲ ਜੀ, ਸਾਡੀ ਸਰਕਾਰ ਨੇ ਅਸੀਂ ਕੀ ਇੰਨੀ ਮਜ਼ਬੂਤੀ ਦੇ ਉੜੀ, ਇੰਨਾ ਅਸੀਂ ਕੀ ਜ਼ਿੰਮੇਵਾਰੀ ਦੇ ਉੜੀ ਤੇ ਅਸ ਅੱਗੇ ਵਧਣ ਵਾਸਤੇ ਬਿਲਕੁਲ ਅੱਜ ਤਿਆਰ ਹਾਂ। ਆਉਂ ਉੱਥੇ ਦਿੱਖਾ ਕਰਦਾ ਹਾਂ ਬੜੇ ਬੜੇ ਐਸੇ। ਇੱਕ ਸਾਡੀ ਫਾਰਮ ਦਾ ਭੈਣ ਜੀ ਆਈ ਦੀਆਂ ਜੀ, 101 ਸਾਲ ਉਮਰ ਸੀ ਮੇਰੇ ਕੰਨੇ, ਪਟਿਆਲਾ ਦਾ ਮੇਰੇ ਗੁਰੂ ਜੀ ਬੈਠੇ ਦੇ ਜੀ, 93 ਸਾਲ ਉਮਰ ਤੇ ਆਉਂ ਆਪਣੇ ਆਪ ਕੀ ਬੜਾ ਹਲਕਾ ਫੁਲਕਾ ਦਿਖਦਾ ਹਾਂ। 61 ਸਾਲ ਦਾ ਬੰਦਾ ਇਆਂ ਮਤਲਬ ਨੱਚਦਾ, ਹੱਸਦਾ, ਗਾਦਾ, ਦੌੜਾਦਾ ਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਹੁਣ ਇਸ ਆਰਟ ਕੀ ਹੋਰ ਅੱਗੇ ਅੱਛੇ ਤਰੀਕੇ ਨਾਲ ਕੰਨੇ ਵਧੀਆ ਤੇ ਨਵੇਂ ਤਰੀਕੇ ਕੰਨੇ ਲਈ ਹੈ। ਗੱਲਬਾਤ ਕਰਦੇ ਰਹਿੰਦੇ ਹਾਂ, ਲੇਕਿਨ ਇੱਕ ਬੜੀ ਬਰੀਕੀ ਨੇ ਚੀਜ਼ ਦੇਖੀ ਹੈ, ਪਟਕਾ ਬੜਾ ਉੱਥਾ ਬਲਸ਼ ਮਾਰਾ, ਜਿਸ ਤੁਸੀਂ ਯਾਦ ਹੈ ਮੱਥਾ ਟੇਕੀ ਹੈ ਤੇ ਇਹ ਬਲਸ਼ ਮਾਰਾ, ਪਤਾ ਨਹੀਂ ਕੋਈ ਹੋਰ ਨੇ ਪੁੱਛਿਆ ਨਹੀਂ ਪੁੱਛਿਆ। ਮੇਰੀ ਨਾਜੋ ਦੀ ਨਿਸ਼ਾਨੀ ਹੈ, ਮੈਂ ਸਾਂਭੀ ਸਾਂਭੀ ਰੱਖਣੀ, ਉਹ ਮੇਰੀ ਦਿਲ ਜਾਨੀ ਹੈ। ਸੱਚੀਆਂ ਨਹੀਂ ਨਹੀਂ ਬਿਲਕੁਲ ਸੱਚੇ ਮਹਾਰਾਜ, ਇਹ ਪਟਕਾ ਮੇਰੀ ਨਾਜੋ ਦੀ ਨਿਸ਼ਾਨੀ ਹੈ, ਸਾਂਭੀ ਸਾਂਭੀ ਰੱਖਣੀ, ਉਹ ਮੇਰੀ ਦਿਲ ਜਾਨੀ ਹੈ। ਸੁਨੇਹਾ ਦੇਣਾ ਚਾਹੋ? ਆਓ ਸੁਨੇਹਾ ਇੱਕ ਦੇਗਾ, ਜਿਹੜਾ ਕਈ ਵਾਰੀ ਸੁਨੇਹਾ ਦੇ ਚੁੱਕਾ ਦਾ ਕਿ ਆਓ ਮਾਂ ਬੋਲੀ ਡੋਗਰੀ ਦੇ ਚੰਡੇ ਕੀ ਹੋਰ ਉੱਚਾ ਬੁਲੰਦ ਕਰ ਲੈ ਚਾਹੇ ਤੇ ਹਰ ਪਰਿਵਾਰ ਕੀ ਬੇਨਤੀ ਕਰਗਾ ਕਿ ਕਿਸੇ ਬੇੜੇ ਦੀ ਬੱਚੀ ਜਿਹੜੀ ਕਦੇ ਆਦਾਂ ਪੜ੍ਹਾਈ ਛੋੜੀ ਨਹੀਂ ਜਾ, ਕਿ ਸਾਰੀ ਜ਼ਿੰਮੇਵਾਰੀ ਬਣਦੀ ਜਦੋਂ ਤੱਕ ਦੇਸ਼ ਦੀ ਹਰ ਬੱਚੀ ਬੜੀਆਂ ਨਹੀਂ ਪੜ੍ਹਗ, ਅਤੋਂ ਤੱਕ ਸਾਰੀ ਤਰੱਕੀ ਕੁਤੇ ਨਾ ਕੁਤੇ ਸਾਡੇ ਵਾਸਤੇ ਸਵਾਲੀਆ ਨਿਸ਼ਾਨ ਹੈ। ਔਰ ਨੌਜਵਾਨ ਕੀ ਬੇਨਤੀ ਕਰਗਾ
ਆਓ ਖੇਲਣ ਕੰਨੇ ਜੁੜਚੇ, ਕੁਸ਼ਤੀ ਕੰਨੇ ਜੁੜਚੇ, ਲੂਤਾ ਸੰਤੋਲੀਆ ਗੁਲੀ ਡੰਡਾ ਇਹ ਸਾਰੀਆਂ ਨਿੱਕੇ ਨਿੱਕੇ ਪੁਰਾਣੀਆਂ ਖੇਲਣ ਕੰਨੇ ਜੁੜਚੇ ਤੇ ਪੜ੍ਹਾਈ ਦੇ ਖੇਤਰ 'ਚ ਅੱਗੇ ਅਸ ਵਧਦੇ ਜਾਚੇ ਤਾਂ ਜੇ ਸਾਡਾ ਸਮਸਤ ਭਾਰਤ ਜਿਹੜਾ ਇੰਨੀ ਤਰੱਕੀ ਕਰੇ ਕਿ ਸਾਡਾ ਨਾਂ ਜਿਹੜਾ ਉਹ ਦੁਨੀਆ 'ਚ ਨੰਬਰ 1 ਉੱਪਰ ਹੈ। ਉਹਦੇ ਵਾਸਤੇ ਅਸੀਂ ਤੁਸੀਂ ਸਾਰਿਆਂ ਦੀ ਜ਼ਿੰਮੇਵਾਰੀ ਨਿਭਾਉਣਾ ਪਾਉਣੀ, ਅਸ ਤੋਂ ਨਿਭਾ ਕਰਦੇ ਹਾਂ। ਪਰ ਮੁੜੀਏ ਇਹ ਗੱਲ ਆਖਾਂ ਕਿ ਕੋਈ ਬੱਚੀ ਖਾਸ ਕਰ ਪੜ੍ਹਾਈ ਦੇ ਮਸਲੇ 'ਚ ਪਿੱਛੇ ਨਹੀਂ ਰਹੀ ਜਾ। ਸਾਡੀ ਭਾਰਤ ਸਰਕਾਰ ਇੰਨਾ ਕੁਛ ਕਰਾ ਕਰਦੀ ਵੀ ਸਾਰੀ ਜ਼ਿੰਮੇਵਾਰੀ ਬਣਦੀ ਕਿ ਆਓ ਦੇਸ਼ ਦੀ ਹਰ ਬੱਚੀ ਦੀ ਬੜੀਆ ਪੜ੍ਹਾਈ ਲੈ ਚੈ। ਵੱਡੇ ਕਲਾਕਾਰ ਤੇ ਐਨ ਸਪੀਕਰ ਵੀ ਹਨ, ਅੱਜ ਮੇਰਾ ਮਨ ਕਰਾ ਇਹ ਬੋਲੀਏ ਚ ਅਕਸਰ ਇਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ, ਲੇਕਿਨ ਮਤੇ ਦੀ ਮੁਬਾਰਕਾਂ ਤੁਸੀਂ ਤੁਹਾਡੇ ਪਰਿਵਾਰ ਹੀ ਔਰ ਪੂਰੇ ਡੁੱਗਰ ਦੇਸ਼ ਹੀ ਕਿ ਜਿਹੜਾ ਤੁਸੀਂ ਇੱਕ ਪ੍ਰਾਊਡ ਫੀਲ ਕਰਨਾ ਮੌਕਾ ਦਿੱਤਾ, ਖਾਸ ਕਰ ਡੋਗਰੀ ਦੇ ਵਿੱਚ ਜਿਹੜਾ ਬੜਾ ਰੇਅਰ ਆਸ ਨਹੀਂ ਜਦੋਂ ਨਿੱਕੇ ਹੋਏ ਵੱਡੇ ਹੋਏ ਸਾਨੂੰ ਨਹੀਂ ਇਹਨੇ ਮੌਕੇ ਲੱਭੇ ਹਨ, ਲੇਕਿਨ ਬੜਾ ਰੇਅਰ ਮੌਕਾ ਲੱਭਾ। ਤੁਸੀਂ ਮਤੇ ਦੀ ਮੁਬਾਰਕਾਂ ਔਰ ਮੈਂ ਚਾਹਾਂਗੀ ਤੁਸੀਂ ਵੀ ਕੰਗ੍ਰੈਜੂਲੇਸ਼ਨ ਜਿਹੜਾ ਹੈ ਕਮੈਂਟ ਸੈਕਸ਼ਨ ਜ਼ਰੂਰ ਲਿਖਿਓ। ਜੀ ਸਾਰਿਆਂ ਦੀ ਮੇਰੀ ਤਰਫਾਂ ਮਤੀਆਂ ਮਤੀਆਂ ਮੁਬਾਰਕਾਂ, ਮਤੀਆਂ ਮਤੀਆਂ ਵਧਾਈਆਂ ਕਿ ਜੇ ਡੁੱਗਰ ਪਰਿਵਾਰ ਦੇ ਵਿਹੜੇ 'ਚ ਸੱਚੇ ਗਿਆ ਲੋਕ ਕਲਾ 'ਚ ਪਹਿਲੀ ਵਾਰੀ ਇਹ ਮੌਕਾ ਥੋਇਆ, ਇਹ ਸਨਮਾਨ ਥੋਇਆ। ਜਿੰਨਾ ਨੱਚੀ ਲੈ 'ਚ ਹੈ, ਜਿੰਨਾ ਗਾਈ ਲੈ 'ਚ ਹੈ, ਉਨਾ ਘੱਟ ਹੈ ਕਿ ਇਹ ਵੇਲੇ ਬਾਰ ਬਾਰ ਨਹੀਂ ਆਉਂਦੇ। ਆਉਂ ਸਾਰੇ ਗਿਆ ਇਹ ਗੱਲ ਆਖਾਂ, ਜੈ ਡੁੱਗਰ, ਜੈ ਮਾਂ ਡੋਗਰੀ, ਮਿਸ਼ਨ ਮਾਂ ਡੋਗਰੀ, ਜੈ ਗੁਰਦੇਵ, ਜੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕੀ, ਬੋਲ ਸਾਂਝੇ ਦਰਬਾਰ ਕੀ ਜੈ। ਕਮੈਂਟ ਸੈਕਸ਼ਨ ਜ਼ਰੂਰ ਮੁਬਾਰਕ ਲਿਖੋ ਤੇ ਦਿਖਦੇ ਰਹੋ ਗ੍ਰੇਟ ਜੰਮੂ, ਤੇ ਮੈਂ ਪੰਕਜ ਖੇਡੀਆ, ਜੈ ਹਿੰਦ।